ਹਾਂਜੀ ਫਰੈਂਡਸ ਇਸ ਤੋਂ ਪਹਿਲਾਂ ਆਪਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀਆਂ ਪੋਸਟਸ ਪਾਈਆਂ ਸੀਗੀਆਂ ਉਮੀਦ ਹੈ ਸਾਰਿਆਂ ਨੇ ਦੇਖ ਲਈਆਂ ਹੋਣਗੀਆਂ ਬੈਲ ਆਈਕਨ ਪ੍ਰੈਸ ਕਰਕੇ ਰੱਖਿਆ ਹੋਊਗਾ ਮੈਸੇਜ ਨਾਲ ਦੀ ਨਾਲ ਤੁਹਾਡੇ ਕੋਲੇ ਆ ਗਿਆ ਹੋਵੇਗਾ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਕਿਹਾ ਸੀਗਾ ਐਸਐਸ ਆਪਣੀਆਂ ਐਸਬੀਆਈ ਦੀਆਂ 700 ਤੋਂ ਵੱਧ ਪੋਸਟਸ ਆਈਆਂ ਨੇਗੀਆਂ ਇਹਨਾਂ ਦੀ ਡਿਟੇਲ ਦੇ ਵਿੱਚ ਵੀ ਆਪਾਂ ਗੱਲ ਕਰਦੇ ਹਾਂ ਇਹ ਜਾਣਕਾਰੀ ਤੁਹਾਨੂੰ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਦੇ ਦਿੱਤੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜੀ ਵੱਖ-ਵੱਖ ਪੋਸਟਾਂ ਦੀ SBI ਦੇ ਵਿੱਚ ਪੋਸਟਾਂ ਆਈਆਂ ਨੇ ਜੀ ਸਹਾਇਕ ਪ੍ਰਬੰਧਕ .net ਡਿਵੈਲਪਰ ਦੀ ਹੈ ਡਿਪਟੀ ਮੈਨੇਜਰ .net ਡਿਵੈਲਪਰ ਦੀ ਹੈ ਇਸ ਪੋਸਟਾਂ ਦੀ ਗਿਣਤੀ ਲਿਖੀ ਹੋਈ ਹੈ 5 4 ਠੀਕ ਹੈ ਜੀ ਸਹਾਇਕ ਪ੍ਰਬੰਧਕ Java ਡਿਵੈਲਪਰ ਦੀਆਂ 4 ਨੇ ਜੀ Java ਡਿਵੈਲਪਰ ਡਿਪਟੀ ਮੈਨੇਜਰ ਦੀਆਂ 4 ਨੇ ਜੀ ਡਿਪਟੀ ਮੈਨੇਜਰ AI ਆਰਟੀਫੀਸ਼ੀਅਲ ਇੰਟੈਲੀਜੈਂਸ ML ਡਿਵੈਲਪਰ ਦੀ 1 ਹੈ ਜੀ ਸਹਾਇਕ ਪ੍ਰਬੰਧਕ ਵਿੰਡੋ ਪ੍ਰਸ਼ਾਸਕ ਦੀ 1 ਹੈ Linux ਪ੍ਰਸ਼ਾਸਕ ਦੀਆਂ 2 ਨੇ ਜੀ ਸਾਈਕ ਪ੍ਰਬੰਧਕ ਦੀ ਹੈ ਡਿਪਟੀ ਮੈਨੇਜਰ ਡਾਟਾਬੇਸ ਪ੍ਰਬੰਧਕ ਦੀ ਇੱਕ ਹੈ ਡਿਪਟੀ ਮੈਨੇਜਰ ਐਪਲੀਕੇਸ਼ਨ ਸਰਵਰ ਪ੍ਰਸ਼ਾਸਕ ਦੀ ਇੱਕ ਹੈ ਡਿਪਟੀ ਮੈਨੇਜਰ ਆਟੋਮੇਸ਼ਨ ਟੈਸਟ ਇੰਜੀਨੀਅਰ ਦੀ ਇੱਕ ਹੈ ਜੀ ਸੀਨੀਅਰ ਵਿਸ਼ੇਸ਼ ਕਾਰਜਕਾਰੀ ਬੁਨਿਆਦੀ ਢਾਂਚਾ ਸੰਚਾਲਨ ਦੀ ਇੱਕ ਹੈ ਜੀ ਤੇ ਸੀਨੀਅਰ ਵਿਸ਼ੇਸ਼ ਕਾਰਜਕਾਰੀ ਦੀ ਇੱਕ ਹੈ ਸੀਨੀਅਰ ਵਿਸ਼ੇਸ਼ ਅਤੇ ਕਲਾਊਡ 네ਟਿਵ ਇੰਜੀਨੀਅਰ ਦੀ ਇੱਕ ਹੈ ਉਭਰਤੀ ਟੈਕਨੋਲੋਜੀ ਸੀਨੀਅਰ ਵਿਸ਼ੇਸ਼ ਕਾਰਜਕਾਰੀ ਦੀ ਇੱਕ ਹੈ ਜੀ ਸੀਨੀਅਰ ਵਿਸ਼ੇਸ਼ ਐਗਜ਼ੀਕਿਊਟਿਵ ਦੀ ਮਾਈਕਰੋ ਸਰਵਿਸ ਡਿਵੈਲਪਰ ਦੀ ਇੱਕ ਪੋਸਟ ਹੈ ਜੀ ਮੈਨੇਜਰ ਕਾਰੋਬਾਰੀ ਪ੍ਰਕਿਰਿਆ ਦੇ 1 ਪੋਸਟ ਹੈ ਜੀ ਕੇਂਦਰੀ ਸੰਚਾਲਨ ਟੀਮ ਸਹਾਇਤਾ 1 ਮੈਨੇਜਰ ਕਾਰੋਬਾਰ ਵਿਕਾਸ 2 ਸੰਚਾਲਨ ਟੀਮ ਸਹਾਇਤਾ ਦੀਆਂ 2 ਨੇ ਜੀ ਕਾਰੋਬਾਰ ਵਿਕਾਸ ਦੀਆਂ ਵੀ 2 ਨੇ ਪ੍ਰੋਜੈਕਟ ਵਿਕਾਸ ਪ੍ਰਬੰਧਕ ਕਾਰੋਬਾਰ ਦੀਆਂ ਵੀ 2 ਨੇ रिलेशनशिप मैनेजर ਇਹਦੀਆਂ ਕਾਫੀ ਪੋਸਟਾਂ ਨੇ ਜੀ ਰਿਲੇਸ਼ਨਸ਼ਿਪ ਮੈਨੇਜਰ ਦੀਆਂ 335 ਪੋਸਟਾਂ ਨੇ ਵਧੀਆ ਮੌਕਾ ਜਿਹੜੇ ਕੈਂਡੀਡੇਟ ਲਿਜੀਬਿਲਟੀ ਕਰਦੇ ਨੇ ਉਹ ਅਪਲਾਈ ਕਰ ਸਕਦੇ ਨੇ ਨਿਵੇਸ਼ ਅਧਿਕਾਰੀ ਦੀਆਂ ਜੀ 52 ਪੋਸਟਾਂ ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ 147 147 ਨੇ ਜੀ ਰਿਲੇਸ਼ਨਸ਼ਿਪ ਮੈਨੇਜਰ ਟੀਮ ਲੀਡ ਦੀਆਂ 37 ਖੇਤਰ ਮੁਖੀ 12 ਗਾਹਕ ਸੰਬੰਧ ਕਰਾਚ ਕਾਰਜਕਾਰੀ 75 ਉਸ ਤੋਂ ਬਾਅਦ ਸੀ ਮੈਨੇਜਰ ਡਾਟਾ ਸਾਇੰਟਿਸਟ ਡਾਟਾ ਵਿਗਿਆਨੀ 11 ਡਿਪਟੀ ਮੈਨੇਜਰ ਡਾਟਾ ਵਿਗਿਆਨੀ ਡਾਟਾ ਸਾਇੰਟਿਸਟ 5 ਸਿਸਟਮ ਅਫਸਰ 3 ਬਹੁਤ ਵਧੀਆ ਮੌਕਾ ਜੀ 700 ਤੋਂ ਵੱਧ ਪੋਸਟਾਂ ਆਵਦੀਆਂ ਨੇ ਇਹ ਤੁਸੀਂ ਕੈਂਡੀਡੇਟ ਅਪਲਾਈ ਕਰ ਸਕਦੇ ਹੋ ਜਿਸ ਕੈਂਡੀਡੇਟ ਦੀ ਐਲੀਜੀਬਿਲਿਟੀ ਬੰਦੀ ਹੋ ਅਪਲਾਈ ਕਰ ਸਕਦਾ ਹੈ ਅਪਲਾਈ ਕਰਨ ਦੇ ਲਈ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਟੈਗ ਗੁਰੂ ਚੈਨਲ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਆਪਣਾ ਪਿਆ ਹੋਇਆ ਇਨਫੋ ਬੋਰਡ ਗਵਰਨਮੈਂਟ ਜੋਬ ਦੇ ਹੋਮ ਪੇਜ ਤੇ ਠੀਕ ਹੈ ਜੀ ਆਹ ਦੇਖੋ ਸਰਚ ਕਰ ਲਿਆ ਇਨਫੋ ਬੋਰਡ ਗਵਰਨਮੈਂਟ ਹੋਮ ਜੋ ਇਨਫੋ ਅਬਾਊਟ all government jobs ਤੁਸੀਂ ਸਰਚ ਕਰ ਲਿਆ ਜੀ ਸਰਚ ਕਰਨ ਤੋਂ ਬਾਅਦ ਆ ਦੇਖੋ ਉੱਪਰ ਆ ਗਿਆ ਇਹਨੂੰ ਖੋਲ ਲੈਣਾ ਹੈ ਸਬਸਕ੍ਰਾਈਬ ਕਰ ਲੈਣਾ ਜਿਨ੍ਹਾਂ ਨੇ ਕਰ ਰੱਖਿਆ ਹੈ ਉਹਨਾਂ ਨੂੰ ਦੁਬਾਰਾ ਕਰਨ ਦੀ ਜਰੂਰਤ ਨਹੀਂ ਹੈ ਰਿਕਵੈਸਟ ਟੂ ਆਲ ਵਾਂਸ ਅਗੇਨ ਪਲੀਜ਼ ਜਿਨ੍ਹਾਂ ਨੇ ਪਹਿਲਾਂ ਸਬਸਕ੍ਰਾਈਬ ਕਰ ਲਿਆ ਉਹਨਾਂ ਨੂੰ ਦੁਬਾਰਾ ਕਰਨ ਦੀ ਜਰੂਰਤ ਨਹੀਂ ਹੈ ਜਿਹੜੇ ਰਹਿ ਗਏ ਨੇ ਉਹ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਜਦੋਂ ਕੋਈ ਵੀ ਵੀਡੀਓ ਅਪਲੋਡ ਹੋਵੇ ਮੈਸੇਜ ਅਪਲੋਡ ਹੋਵੇ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚੇ ਵਾਰ-ਵਾਰ ਕਹਿਣ ਦਾ ਮਤਲਬ ਇਹੀ ਹੈ ਵੀ ਕਈ ਕੈਂਡੀਡੇਟ ਰਹਿ ਜਾਂਦੇ ਨੇ ਸਬਸਕ੍ਰਾਈਬ ਕਰਨ ਤੋਂ ਇਸ ਲਈ ਵਾਰ- ਹੋਮਪੇਜ 'ਤੇ ਦੇਖੋ ਟੈਗਗਰੂ ਚੈਨਲ ਹੈ ਟੈਕਨੀਕਲ ਵੀਡੀਓ ਲਈ ਕੋਈ ਵੀ ਦਿੱਕਤ ਆਉਂਦੀ ਹੈ ਆਨਲਾਈਨ ਅਪਲਾਈ ਕਰਨ 'ਚ ਤਾਂ ਸਾਰੀਆਂ ਵੀਡੀਓ ਆਪਾਂ ਟੈਗਗਰੂ ਚੈਨਲ 'ਤੇ ਪਾਏ ਕਰਾਂਗੇ ਕਮੈਂਟ ਜ਼ਰੂਰ ਕਰਦਿਆ ਕਰੋ ਆਲਟਾਈਪ ਵੀਡੀਓ ਪਕਾਤੇ ਰਹੇ ਚੈਨਲ ਸਾਰਿਆਂ ਨੇ ਸਬਸਕ੍ਰਾਈਬ ਕਰਕੇ ਜਾਣਾ ਜੀ ਕੋਈ ਰਹਿ ਨਾ ਜਾਵੇ ਕਲਰਕ ਦੀਆਂ ਰਾਈਫੋਨ ਟਾਈਪਿੰਗ ਦੀਆਂ ਫ੍ਰੀ ਕਲਾਸਸ ਦੀ ਪਲੇਲਿਸਟ ਬਣੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਪਲੇਲਿਸਟ 'ਚ ਜਾ ਕੇ ਆ ਦੇਖੋ ਫ੍ਰੀ ਪੀਟੀਪੀਸੀ ਕਲਰਕ ਰਾਈਫੋਨ ਟਾਈਪਿੰਗ ਪਲੀਜ਼ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਨਾਲ ਤਾਂ ਕਿ ਜਿਹੜੇ ਕੈਂਡੀਡੇਟ ਰਹਿ ਗਏ ਨੇ ਉਹ ਵੀਡੀਓ ਸੈਕਸ਼ਨ ਦੇ ਵਿੱਚ ਸਾਰੀਆਂ ਵੀਡੀਓਜ਼ ਪਈਆਂ ਨੇ ਬੈਲ ਆਈਕਨ ਪ੍ਰੈਸ ਕਰਕੇ ਰੱਖਿਆ ਹੋਇਆ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਮੈਸੇਜ ਤੁਹਾਨੂੰ ਨਾਲ ਦੀ ਨਾਲ ਜਦੋਂ ਕੋਈ ਵੀ ਪੋਸਟ ਆਉਂਦੀ ਹੋਏਗੀ ਉਹਦਾ ਮੈਸੇਜ ਲੱਗ ਜਾਂਦਾ ਹੋਵੇਗਾ ਪਰ ਸ਼ਰਤ ਹੈ ਵੀ ਬੈਲ ਆਈਕਨ ਪ੍ਰੈਸ ਕਰਕੇ ਰੱਖਿਆ ਹੋਵੇ ਕੋਈ ਵੀ ਵੀਡੀਓ ਮੰਨ ਲਓ ਤੁਸੀਂ ਫੋਰ ਐਗਜ਼ਾਮਪਲ ਓਪਨ ਕਰੋਗੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜਾਣਗੇ ਠੀਕ ਹੈ ਜੀ ਹਾਂਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਕੈਂਡੀਡੇਟ ਜਿਹੜੇ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸ਼ੋ ਮੋਰ ਤੇ ਕਲਿੱਕ ਕਰੋਗੇ ਸ਼ੋਅ ਮੋਰ ਤੇ ਕਲਿੱਕ ਕਰੋਗੇ ਜੀ ਤੁਹਾਨੂੰ ਸਾਰੇ ਦੇ ਸਾਰੇ ਲਿੰਕ ਮਿਲ ਜਾਣਗੇ ਆ ਤਾਂ 565486 ਪੋਸਟਾਂ ਜਿਹੜੀਆਂ SBI ਦੀਆਂ ਉਹਨਾਂ ਦਾ ਅਪਲਾਈ ਕਰਨ ਦਾ ਲਿੰਕ ਪਿਆ PDF ਫਾਈਲ ਲਈ ਟੈਲੀਗ੍ਰਾਮ ਚੈਨਲ ਦਾ ਲਿੰਕ ਪਿਆ Facebook ਪੇਜ ਪਿਆ Twitter ਪੇ Instagram ਪਿਆ ਸਾਰੇ ਦੇ ਸਾਰੇ ਲਿੰਕ ਫੋਲੋ ਕਰ ਲਓ ਤਾਂ ਕਿ ਜਾਣਕਾਰੀ ਕੀਤੋਂ ਵੀ ਤੁਹਾਨੂੰ ਮਿਸ ਨਾ ਹੋਵੇ ਕਲੀਅਰ ਹੈ ਜੀ ਚਲੋ ਹੁਣ ਆਪਾਂ ਚੱਲਦੇ ਆਂ ਵਾਪਿਸ ਨੋਟੀਫਿਕੇਸ਼ਨ ਦੇ ਉੱਪਰ ਨੀਮਤ ਪੋਸਟ ਲੜੀ ਨੰਬਰ 1 ਤੋਂ 10 ਲੜੀ ਨੰਬਰ 26 ਤੋਂ 28 ਠੇਕੇ ਦੇ ਆਧਾਰ ਤੇ ਪੋਸਟ ਲੜੀ ਨੰਬਰ 11 ਤੋਂ 15 ਠੀਕ ਹੈ ਜੀ ਠੇਕੇ ਦੇ ਆਧਾਰ ਤੇ ਕਿਹੜੀ ਹੈ 11 ਤੋਂ 25 ਪੋਸਟ ਠੀਕ ਹੈ ਜੀ ਯੋਗਤਾ ਮਾਪਦੰਡ ਜਿਹੜੀ ਇਹਦੀ ਪੂਰੀ ਦੀ ਪੂਰੀ ਪੀਡੀਐਫ ਚਾਹੀਦੀ ਹੋਈ ਤਾਂ ਕਮੈਂਟ ਜਰੂਰ ਕਰ ਦਿਓ ਆਪਾਂ ਟੈਲੀਗ੍ਰਾਮ ਚੈਨਲ ਤੇ ਪਾ ਦੇਂਗੇ ਠੀਕ ਹੈ ਵੀਡੀਓ ਨੂੰ ਨਾਲ ਦੀ ਨਾਲ ਅਰਜ਼ੀਆਂ ਜਿਹੜੀਆਂ ਜਮਾ ਕਰਾਉਂਦੀਆਂ ਤੇ ਭੁਗਤਾਨ ਦੀ ਫੀਸ ਜਿਹੜੀ ਉਹ 31 ਅਗਸਤ 2022 ਤੋਂ 29 ਸਤੰਬਰ 2022 ਤੱਕ ਹੀ ਹੈ ਅਗਰ ਫਿਰ ਵੀ ਕਿਸੇ ਕੈਂਡੀਡੇਟ ਨੂੰ ਕੁਝ ਨਹੀਂ ਪਤਾ ਲੱਗਿਆ ਤਾਂ ਕਮੈਂਟ ਕਰ ਦਿਓ ਠੀਕ ਹੈ ਵੀਡੀਓ ਦੀ ਜਾਣਕਾਰੀ ਦੁਆਰਾ ਤੁਹਾਨੂੰ ਟੈਲੀਗ੍ਰam ਚੈਨਲ ਤੇ ਪਾ ਦਿੱਤੀ ਜਾਏਗੀ ਤੇ ਪੀਡੀਐਫ ਫਾਈਲ ਲਈ ਕਮੈਂਟ ਜਰੂਰ ਕਰ ਦਿਓ ਪੋਸਟਰਜ਼ ਲਗਾਤਾਰ ਆ ਰਹੀਆਂ ਨੇ ਵੀਡੀਓ ਦਾ ਪੇਪਰ ਵੀ ਸਾਰਿਆਂ ਦਾ ਦੁਬਾਰਾ ਹੋਣਾਗਾ ਪੋਸਟਪੋਨ ਹੋ ਗਈ ਹੈ ਡੇਟ ਤੇ ਪੀਪੀਐਸਸੀ ਦੀ ਸੀਨੀਅਰ ਅਸਿਸਟੈਂਟ ਦਾ 11 ਨੂ ਪੇਪਰ ਹੈ ਹੋਰ ਵੀ ਸਾਰੀਆਂ ਦੀਆਂ ਸਾਰੀਆਂ ਨੋਟੀਫਿਕੇਸ਼ਨ ਤੁਹਾਨੂੰ ਇਸੇ ਚੈਨਲ ਤੇ ਲਗਾਤਾਰ ਮਿਲਦੀਆਂ ਰਹਣਗੀਆਂ ਆਈ ਰਿਕੁਐਸਟ ਯੂ ਆਲ ਵਾਂਸ ਅਗੇਨ ਸਾਰੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਬੈਲ ਆਈਕਨ ਪ੍ਰੈਸ ਕਰਕੇ ਜਾਇਓ ਜਿਨ੍ਹਾਂ ਨੇ ਆਲਰੇਡੀ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਨੈਕਸਟ ਵੀਡੀਓ ਤੱਕ ਲਈ ਬੀ ਸੇਫ ਸਟੇ ਕਨੈਕਟਡ ਯੂ ਟੇਕ ਵੈਰੀ ਗੁੱਡ ਕੇਅਰ ਯੂਰ ਸੈਲਫ ਬਾਏ ਬਾਏ